ਸੇਕ ਅਰਦੀਪ ਸਿੰਘ ਨੇਜਰ ਉਸਦੇ ਜੋ ਕਾਤਲ ਨੇ ਇੰਡੀਅਨ ਏਜੰਸੀਆਂ ਆ ਗਵਰਨਮੈਂਟ ਸਾਨੂੰ ਕੈਨੇਡਾ ਸਰਕਾਰ ਦਾ ਸਹਿਯੋਗ ਚਾਹੀਦਾ ਤੇ ਉਹਦੇ ਕਾਤਲ ਜਿਹੜੇ ਉਹ ਸਾਨੂੰ ਸਾਡੇ ਸਾਹਮਣੇ ਹੋਣੇ ਚਾਹੀਦੇ ਜਗ ਜਾਰ ਹੋਣੇ ਚਾਹੀਦੇ ਸਰੀ ਦੇ ਗੋਨਾਲਕ ਸਿੱਖ ਗੁਰਦੁਆਰੇ ਦੇ ਪ੍ਰਧਾਨ ਹਰਦੀਪ ਸਿੰਘ ਨਿੱਜ ਦੇ ਕਤਲ ਸੰਬੰਧੀ ਪ੍ਰਧਾਨ ਮੰਤਰੀ ਟਰੂਡੋ ਵੱਲੋਂ ਦਿੱਤੇ ਬਿਆਨ ਤੋਂ ਬਾਅਦ ਕੱਲ੍ਹ ਸ਼ਾਮ ਭਾਈਚਾਰੇ ਦੇ ਕੁਝ ਲੋਕ ਫਿਰ ਗੁਰਦੁਆਰੇ ਵਿੱਚ ਇਕੱਠੇ ਹੋ ਕੇ ਨਿੱਜਰ ਨੂੰ ਯਾਦ ਕਰ ਰਹੇ ਸਨ ਅਤੇ ਉਹ ਚਾਹੁੰਦੇ ਹਨ ਕਿ ਸਰਕਾਰ ਹੁਣ ਅਸਲ ਕਾਤਲ ਨੂੰ ਜ਼ਰੂਰ ਜਗ ਜਾਹਰ ਕਰੇ so police agencies RCMP national jinni surakshit agency hai canada diyan oh saareya kamm kar is actual culprits, hege or aur ohna de co conspirators ya piche jehde iraada the ga saare vaste aur saareyan de naam vaste while uh, canadian law enforcement continue their investigation um into who knew what when who participated right you'll see subsequent actions so potentially criminal charges if if the the gunmen are still in uh, i presume men are in canada but also potentially uh, sanctions uh, bars on travel visas etc to individuals who within the indian government may have been aware or participated and that won't come in in until long after the investigation ਪਟ੍ਰੂਡੋ ਦੇ ਇਸ ਬਿਆਨ ਉਪਰੰਤ ਸਿਆਸੀ ਮਾਹਰਾਂ ਵੱਲੋਂ ਇਸ ਨੂੰ ਕਈ ਪੱਖਾਂ ਤੋਂ ਖੋਖਿਆ ਜਾ ਰਿਹਾ ਹੈ ਕਿ ਪਾਰਲੀਮੈਂਟ ਦੇ ਪਹਿਲੇ ਸੈਸ਼ਨ ਵਿੱਚ ਪ੍ਰਧਾਨ ਮੰਤਰੀ ਟ੍ਰੂਡੋ ਨੇ ਇਸ ਵੇਲੇ ਕੈਨੇਡੀਅਨਸ ਨੂੰ ਦਰਪੇਸ਼ ਅਨੇਕਾਂ ਮੁੱਦਿਆਂ ਨੂੰ ਅਣਗੌਲ ਕੇ ਆਖਰ ਨਿਜਰ ਕੇਸ ਨੂੰ ਪਾਰਲੀਮੈਂਟ ਵਿੱਚ ਕਿਉਂ ਉਬਾਰਿਆ ਅਤੇ ਇਸ ਕੇਸ ਨੂੰ ਬਾਕੀ ਕਤਲਾਂ ਵਾਂਗ ਕਾਨੂੰਨੀ ਪ੍ਰਕਿਰਿਆ ਵਿੱਚ ਸਬਦ ਕਰਨ ਦੀ ਬਜਾਏ ਅਜਿਹਾ ਬਿਆਨ ਦੇਣਾ ਕਿ ਠੀਕ ਵੀ ਸੀ ਇਹ ਸਿੱਧਾ ਤੌਰ ਤੇ ਤਾਂ ਨਹੀਂ ਕਿਹਾ ਉਹਨਾਂ ਨੇ ਕਿ ਇੱਕ ਇੰਡੀਆ ਵਾਲਿਆਂ ਨੇ ਕੀਤਾ ਹੈ ਉਹ ਕਹਿੰਦੇ ਕਿ ਬੰਦੇ ਆ ਇੱਥੇ ਜਿਹੜੇ ਲਿੰਕ ਤੇ ਆ ਉਹਨਾਂ ਦੇ ਨਾਲ ਚਾ ਦੋ ਸਟੇਜਸ ਹੋ ਗਈਆਂ ਨਾ ਪਹਿਲਾਂ ਤਾਂ ਉਹਨਾਂ ਬੰਦਿਆਂ ਨੂੰ ਤੁਹਾਨੂੰ ਲਿੰਕ ਕਰਨਾ ਪੈਣਾ ਕਤਲ ਦੇ ਨਾਲ ਫੇ ਉਹਨਾਂ ਬੰਦਿਆਂ ਦੇ ਸਟੈਬਲਿਸ਼ ਕਰਨੇ ਪੈਣੇ ਕੰਟੈਕਟ ਵੀ ਇਹ ਇੰਡੀਆ ਦੀ ਸਰਕਾਰ ਦੇ ਨਾਲ ਕਿਹੜੇ ਕੰਟੈਕਟ ਹੁਣ 1.3 ਮਿਲੀਅਨ ਲੋਕ ਹੀ ਰਹਿੰਦੇ ਨੇ ਸਾਡੇ ਇੱਥੇ ਇੰਡੀਅਨ ਪ੍ਰਾਈਮ ਮਿਨਿਸਟਰ ਨੇ ਤਾਂ ਇੱਕ ਬਿਆਨ ਦਿੱਤਾ ਉਹਨਾਂ ਨੇ ਤਾਂ ਗੋਲਮੋਲ ਗੱਲ ਕੀਤੀ ਕਿਸੇ ਦਾ ਨਾਂ ਨਹੀਂ ਲਿਆ ਕੋਈ ਕੋਈ ਨਹੀਂ ਦੱਸਿਆ ਵੀ ਕੋੜੇ ਕਿਹੜੀ ਤਾਕਤਾਂ ਆ ਹੁਣ ਟੈਕਨੀਕਲੀ ਤਾਂ ਅਸੀਂ ਸਾਰੇ ਜਣੇ ਜਾਨੇ ਮਤਲਬ ਸਸਪੈਕਟ ਨੇ ਉਹ ਤੇ ਉਹ ਕਿ ਐਡੀ ਵੱਡਾ ਐਲਾਨ ਕੀ ਇੱਕ ਸਿਆਸੀ ਚਾਲ ਹੋ ਸਕਦੀ ਹੈ ਤੁਸੀਂ ਕਦੇ ਵੀ ਜਿਹੜੀ ਇਦਾਂ ਦੀ ਗੱਲ ਕਰਨੀ ਆ ਜੇ ਉੱਥੇ ਕੋਈ ਬੰਦਾ ਹੈਗਾ ਆ ਸਾਡੀ ਐਕਸਟਰੈਡੀਸ਼ਨ ਟਰੀਟੀ ਆ ਇੰਡੀਆ ਦੇ ਨਾਲ ਅਸੀਂ ਕੋਈ ਵੀ ਬੰਦਾ ਮੰਗਾ ਸਕਦੇ ਉਹ ਸਾਡੇ ਤੋਂ ਬੰਦੇ ਮੰਗਾਉਂਦੇ ਆਇ ਇਹ ਕੋਈ ਸੀਕ੍ਰਟ ਗੱਲ ਨਹੀਂ ਹੈ ਪ੍ਰਾਈਮ ਮਿਨਿਸਟਰ ਨੂੰ ਵੀ ਪਤਾ ਹੈ ਅੱਛਾ ਇਹਨਾਂ ਨੇ ਕਿਉਂ ਇਹ ਗੱਲ ਪਬਲਿਕ ਕੀਤੀ ਹੈ ਇਹ ਇਹ ਇਸ਼ੂ ਆ ਜਿੰਨਾ ਚਿਰ ਤੁਸੀਂ ਇਸਟੈਬਲਿਸ਼ ਨਹੀਂ ਕਰ ਲੈਂਦੇ ਉਸ ਨੂੰ ਜਿੰਨਾ ਚਿਰ ਇਹ ਤੇ ਜੱਜਮੈਂਟ ਨਹੀਂ ਆ ਜਾਂਦੀ ਉਹਨਾਂ ਚਿਰ ਕਿਸੇ ਗੱਲ ਨੂੰ ਪਬਲਿਕ ਕਰਨਾ ਜਿੱਦਾਂ ਮੀਡੀਆ ਦੇ ਵਿੱਚ ਅਸੀਂ ਟ੍ਰਾਇਲ ਕਰਦੇ ਤੁਸੀਂ ਰੋਲ-ਰੋਜ ਪੜ੍ਹਦੇ ਆ ਜੇ ਕੋਈ ਬੰਦਾ ਚਾਰਜ ਹੋ ਜਾਂਦਾ ਅਸੀਂ ਉਦੋਂ ਹੀ ਕਹਿੰਦੇ ਜਿ ਲੱਗਦਾ ਹੀ ਗਿਲਟੀ ਆ ਇਹਨੇ ਚੋਰੀ ਕੀਤੀ ਹੋਣੀ ਐ ਡਾਕਾ ਮਾਰਿਆ ਹੋਣਾ ਹਾਲਾਂਕਿ ਉਸ ਤੋਂ ਬਾਅਦ ਬਹੁਤ ਵੱਡਾ ਪ੍ਰੋਸੈਸ ਆ ਇਨਵੈਸਟੀਗੇਸ਼ਨ ਹੋਣੀ ਆ ਫਿਰ ਟਰਾਇਲ ਚੱਲਣਾ ਆ ਫਿਰ ਜੱਜਮੈਂਟ ਆਉਣੀ ਆ ਫਿਰ 2-4 ਸਾਲਾਂ ਤੱਕ ਲੋਕਾਂ ਨੂੰ ਪਤਾ ਹੀ ਨਹੀਂ ਹੁੰਦਾ ਉਹ ਬੰਦਾ ਫੜਿਆ ਆਇਆ ਸੀ ਪਰ ਮੀਡੀਆ ਵਿੱਚ ਖਬਰ ਆ ਗਈ ਤਾਂ ਉਹ ਅਸੀਂ ਸਮਝਦੇ ਹਾਂ ਕਿ ਇਹ ਬੰਦਾ ਗਿਲਟੀ ਆ ਕੈਨੇਡੀਅਨਸ ਨੂੰ ਅਸ਼ੁਰਤਾ ਕਰਨਾ ਕਿ ਅਸੀਂ ਕੋਈ ਵੀ ਡੋਮੈਸ ਫੋਰਨ ਐਕਸ਼ਨ ਐਕਸਟਰਾ ਜੁਡੀਸ਼ੀਅਲੀ ਕਿਸੇ ਨਾਤੇ ਵਿੱਚ ਕੀਤੀ ਗਈ ਇਹਨੂੰ ਬਹੁਤ ਸੀਰੀਅਸ ਕਰਦੇ ਆ ਕੈਨੇਡਾ ਰੂਲ ਆਫ ਲਾ ਕੰਟਰੀ ਆਰ ਰੂਲ ਆਫ ਲਾ ਜੀ ਜੋ ਵੀ ਕੋ ਅਲੰਘਣਾ ਕਰਦਾ ਜੇ ਹੋਰ ਸਟੇਟ ਕਰਦਾ ਉਹਨੂੰ ਵੀ ਬਹੁਤ ਸੀਰੀਅਸਲੀ ਲੈਂਦੇ ਆਈ ਥਿੰਕ ਏ ਸੀ ਇੰਪੋਰਟੈਂਟ ਮੈਸੇਜ ਔਰ ਦੂਸਰੇ ਪਾਸੇ ਕੈਨੇਡੀਅਨਸ ਨੂੰ ਅਸ਼ੁਰਿਟੀ ਦੇਣੀ ਕਿ ਅਸੀਂ ਤੁਹਾਡੇ ਸੇਫਟੀ ਤੁਹਾਡੀ ਪ੍ਰੋਟੈਕਸ਼ਨ ਵਾਸਤੇ ਹਾਜ਼ਰ ਆ ਕਾਬਲੇ ਗੁਰ ਹੈ ਕਿ ਅਜੇ ਕੁਝ ਦਿਨ ਪਹਿਲਾਂ ਹੀ ਕੈਨੇਡਾ ਦੇ ਪ੍ਰਧਾਨ ਮੰਤਰੀ ਜੀ20 ਦੇਸ਼ਾਂ ਦੀ ਭਾਗਤ ਵਿੱਚ ਹੋਈ ਮੀਟਿੰਗ ਉਪਰੰਤ ਪਰਤੇ ਹਨ ਜਿਨ੍ਹਾਂ ਦੀ ਉੱਤੇ ਕੋਈ ਜ਼ਿਆਦਾ ਆਉਪਕਤ ਨਹੀਂ ਹੋਈ ਸਿਆਸੀ ਮਾਹਰ ਸ਼ਿੰਦਰ ਪੁਰੇਵਾਲ ਅਨਸਾਰ ਇਸ ਸਭ ਕਸੇ ਦਾ ਅਵਸਰ ਵੱਡੀ ਗਿਣਤੀ ਕੈਨੇਡਾ ਵਿੱਚ ਰਹਿ ਰਹੇ ਪਾਤੀ ਲੋਕਾਂ ਅਤੇ ਆਪਸੀ ਵਪਾਰ ਤੇ ਜ਼ਰੂਰ ਪੈ ਸਕਦਾ ਹੈ ਸਾਨੂੰ ਇੱਥੇ ਅਸੀਂ ਆਉਣੇ ਜਾਂਦੇ ਹਾਂ ਸਾਡੇ ਚੋਪਾਰ ਵੀ ਲੋਕੀ ਕਰਦੇ ਆ ਇਨਵੈਸਟਮੈਂਟਸ ਵੀ ਕਰਦੇ ਆ ਉੱਥੋਂ ਇੰਡੀਆ ਦੇ ਵਿੱਚੋਂ ਕੈਨੇਡਾ ਦੇ ਵਿੱਚ ਕਰਦੇ ਆ ਤੇ ਉਹਦੇ ਇੱਕ ਅਈ ਤੁਸੀਂ ਇਹ ਕਹਿ ਲਓ ਕਿ ਰਿਲੇਸ਼ਨ ਖੜੇ ਹੋ ਗਏ ਇਹ ਹੁਣ ਕਿੰਨਾ ਚਿਰ ਖੜੇ ਰਹਿਣਗੇ ਇਹ ਡਿਪੈਂਡ ਕਰਦਾ ਅਗਲੀ ਕਾਰਵਾਈ ਤੇ ਵੀ ਕੈਨੇਡਾ ਪੱਖੋਂ ਦੇਖੋ ਅਸੀਂ ਇੰਡੋ-ਪੈਸਿਫਿਕ ਸਟ੍ਰੈਟਜੀ ਵੀ ਬਣਾਈ ਸੀ ਜਿੱਥੇ ਨਾਟ ਓਨਲੀ ਟ੍ਰੇਡ ਬਟ ਡਿਫੈਂਸ ਐਂਡ ਹੋਰ ਮਸਲ ਦੇ ਵਿੱਚ ਹੋਰ ਇੰਟੀਗ੍ਰੇਸ਼ਨ ਹੋਵੇ ਇੰਡੀਆ ਦੇ ਨਾਲ ਸਾਡੇ ਟ੍ਰੇਡ ਮਿਸ਼ਨ ਚੱਲ ਰਾਇ ਸੀ ਕਿ ਉਹਨਾਂ ਦੇ ਨਾਲ ਪਰ ਇਹ ਚੀਜ਼ ਕੋਈ ਕੈਨੇਡੀਅਨ ਕਸੂਰਕਾਰ ਨਹੀਂ ਹੈ ਡਿਸਰਪਟ ਹੋਈ ਇਹ ਅਨਫੋਰਚਨਟਲੀ ਇੰਡੀਆ ਦੀ ਇੰਟੈਲੀਜੈਂਸ ਏਜੰਸੀ ਆ ਦੇ ਕਾਰਨ ਡਿਸਰਪਟ ਹੋਈ ਆ ਸੋ ਆਸ ਕਰਦੇ ਜਿਉ ਉਹ ਆਪਣੀ ਏਜੰਸੀ ਨੂੰ ਚੈੱਕ ਚ ਮੁੜ ਕੇ ਕਰਨ ਅਸੀਂ ਇਹ ਅਗੇਨ ਰੀਜ਼ੂਮ ਕਰ ਸਕਾਂਗੇ ਸਰੀ ਸੈਂਟਰ ਹਲਕੇ ਤੋਂ ਐਮਪੀ ਅਤੇ ਹਾਲ ਹੀ ਵਿੱਚ ਪਾਰਲੀਮੈਂਟ ਸਕੱਤਰ ਦਾ ਅਹੁਦਾ ਸੰਭਾਲਣ ਵਾਲੇ ਰਣਦੀਪ ਸਿੰਘ ਸਰਾਏ ਅਨਸਾਰ ਉਹਨਾਂ ਨੂੰ ਉਮੀਦ ਹੈ ਕਿ ਇਸ ਨਾਲ ਕੈਨੇਡਾ ਵਿੱਚ ਰਹਿ ਰਹੇ ਪਾਤਲ ਲੋਕਾਂ ਅਤੇ ਆਪਸੇ ਸਬੰਧਾਂ ਤੇ ਕੋਈ ਅਸਰ ਨਹੀਂ ਪਵੇਗਾ ਪਰ ਫਿਰ ਵੀ ਜੇ ਕੋਈ ਕੈਨੇਡੀਅਨ ਨਾਗਰਿਕ ਭਾਰਤ ਜਾਂਦਾ ਹੈ ਤਾਂ ਉਹ ਆਪਣੇ ਆਪ ਨੂੰ ਸੁਚੇਤ ਜ਼ਰੂਰ ਰੱਖੇ ਜਿਹੜਾ ਬਾਲਾ ਕੋ ਕਨਸਰਨ ਹੈ ਕਿ ਹਰੇਕ ਹੀ ਇਸ ਤਰ੍ਹਾਂ ਕਰਦੇ ਆ ਜਦੋਂ ਇੰਡੀਆ ਜਾਂਦੇ ਆ ਜਾਂ ਹੋਰ ਕੰਟਰੀਆਂ ਜਾਂਦੇ ਆ ਆਪਣੇ ਹਾਈ ਕਮਿਸ਼ਨ ਜਾਂ ਐਮਬੈਸੀ ਨੂੰ ਰਿਪੋਰਟ ਕਰ ਦਿੰਦੇ ਆ ਈਮੇਲ ਭੇਜ ਦਿੰਦੇ ਆ ਕਿ ਮੈਂ ਜਾ ਰਿਹਾ ਮੈਂ ਆ ਦਿਨ ਨੂੰ ਪਹੁੰਚ ਰਿਹਾ ਤੇ ਆ ਦਿਨ ਨੂੰ ਮੇਰੀ ਐਕਸਪੈਕਟਿਡ ਰਿਟਰਨ ਹੈ ਤਾਂ ਕਿ ਉਹਨਾਂ ਨੂੰ ਉਹ ਅਲਿਸ ਹਾਈ ਕਮਿਸ਼ਨ ਨੂੰ ਪਤਾ ਕਿ ਇਹਨੇ ਕੈਨੇਡੀਅਨ ਸਿਟੀਜ਼ਨ ਇਸ ਕੰਟਰੀ ਦੇ ਵਿੱਚ ਆ ਗਿਆ ਸੋ ਉਹ ਇਹ ਜ਼ਰੂਰ ਕਰ ਸਕਦੇ ਜਿਹਦੇ ਨਾਲ ਉਹਨਾਂ ਦਾ ਟਰੈਕ ਕਰਨਾ ਕੈਨੇਡਾ ਨੂੰ ਸਕੇਲਾ ਹੋਊਗਾ ਉਹਦਾ ਕੈਨੇਡਾ ਦੀ ਭਾਰਤ ਨਾਲ ਇੰਟੈਲੀਜੈਂਸ ਸ਼ੇਅਰ ਕਰਨ ਵਾਲੀ ਨੀਤੀ ਨੈਟੋ ਦੇਸ਼ਾਂ ਤਹਿਤ ਚੱਲ ਰਹੀ ਹੈ ਅਤੇ ਮਹ ਨਹੀਂ ਸਮਝਦੇ ਕਿ ਇਹ ਪ੍ਰਕਿਰਿਆ ਚੋ ਕੈਨੇਡਾ ਜਾਂ ਭਾਰਤ ਵੱਖ ਵੀ ਹੋ ਸਕਦੇ ਹਨ ਪ੍ਰਪਿਤ ਕਾ ਲੂੰ ਆਮਨੀ ਨਿਊਜ਼ ਸੋਰੀ ਅਚੀਵ ਦੀਪਕ